जिहड़े तत्काली मुख्यमंत्री सीगे उन्होंने हरियाणे तो 1 करोड़ रुपए का चैक ले लिया ताकि SYL का निर्माण शुरू हो सके। अंदर एमरजेंसी क्लॉज ला के जमीन अक्वायर, ते बाहर पंजाबीओ कुर्बानियां देने वास्ते तैयार रहो, पानी नहीं जान देना। अपन कहिंदे इन्ना फायदा होना SYL बनन दा, पंजाबीओं दा हिसाब ही लगना, कहिंदे किन्ना फायदा होना। ते अज की कहिंदे है, एक एक बूंद रोकांगे, असी नहीं जान देने। बादल साहब जेल च सीगे उदों भी चिट्ठियां लिखते रहे ने इंडिया गवर्नमेंट नूं कि छेती छेती बना लोगा SYL, मौका हुण आ। उन्हां दी चिट्ठियां ने हुण सुप्रीम कोर्ट च देवांगे कि जनाब असी डुबण वास्ते रखे होए हां। ਜਦੋਂ ਸਾਨੂੰ ਪਾਣੀ ਚਾਹੀਦਾ ਹੁੰਦਾ ਉਦੋਂ ਦੁੱਧ ਵਾਲੇ ਦੋਜੀ ਵਾਂਗੂ ਐ ਮੀਟਰ ਲਾ ਕੇ ਬਹਿ ਜਾਂਦੇ ਵੀ ਇੰਨਾ ਆ ਰਿਹਾ ਜਾਂ ਇੰਨਾ ਨਹੀਂ ਆ ਰਿਹਾ। ਅਕਾਲੀ ਦਲ ਵੱਲੋਂ ਕਦੇ ਵੀ ਇਸ ਨਹਿਰ ਦਾ ਵਿਰੋਧ ਨਹੀਂ ਕੀਤਾ। ਇਹ ਇੰਨਾ ਗੱਲਾਂ ਦੇ ਜਵਾਬ ਦੇ ਦੋਗੇ, ਆ ਜਿਹੜੇ ਪਏ ਨੇ ਇਹਨੂੰ ਤਾਂ ਯਾਦ ਵੀ ਨਹੀਂ ਹੋਣਾ ਵੀ ਕੀ ਹੋ ਗਿਆ। ਮੈਨੂੰ ਸਵਾਲ ਬਾਹਰ ਪੁੱਛੇ ਜਾਂਦੇ ਨੇ, 5 ਸਵਾਲਾਂ ਦੇ ਜਵਾਬ ਦੇਵੇ ਭਗਵੰਤ ਮਾਨ ਤਾਂ ਮੈਂ ਜਾਊਂਗਾ, ਉਹ ਸਵਾਲ ਇੱਥੇ ਕਰ ਲੈਂਦਾ। SYL ਦਾ ਜਿਹੜਾ ਪੂਰੇ ਇੰਡੀਆ ਦੇ ਵਿੱਚ ਜਿਹੜਾ ਪਾਣੀਆਂ ਦਾ ਝਗੜਿਆਂ ਨਾਲ ਨਿਪਟਣ ਵਾਲਾ ਜਿਹੜਾ ਕਾਨੂੰਨ ਹੈ, ਐਕਟ ਹੈ, ਜਿਹੜਾ ਇੰਟਰ ਸਟੇਟ ਰਿਵਰ ਵਾਟਰ, ਉਹ 1956 ਦਾ ਹੈ, 1956 ਦਾ। ਪਰ ਪੰਜਾਬ ਇੱਕੋ ਇੱਕ ਸੂਬਾ ਹੈ ਜਿਹਦੇ ਪਾਣੀਆਂ ਦੀ ਵੰਡ ਵਾਸਤੇ ਪੰਜਾਬ ਪੁਨਰਗਠਨ ਐਕਟ 66 ਲਿਆਂਦਾ, ਇੱਕ ਵੱਖਰੀ ਵਿਵਸਥਾ ਕਰ ਲਈ। ਸਭ ਤੋਂ ਪਹਿਲਾਂ ਧੱਕਾ ਤਾਂ ਇੱਥੇ ਹੋ ਗਿਆ ਜੀ ਕਿ ਬਾਕੀਆਂ ਵਾਂਗੂ ਪਾਣੀ ਨਹੀਂ ਵੰਡਣਾ, ਪੰਜਾਬ ਤੋਂ ਅਲੱਗ ਪਾਣੀ ਲੈਣਾ ਕਿਸੇ ਹੋਰ ਤਰੀਕੇ ਨਾਲ। ਗਿਆਨੀ ਜੈਲ ਸਿੰਘ ਜੀ ਆ ਗਏ, ਉਹਨਾਂ ਦਾ ਕਾਰਜਕਾਲ ਆ ਗਿਆ 1966 ਦੇ ਵਿੱਚ, ਸਾਰੀਆਂ ਐਸੈਟ ਵੰਡ ਲੀਆਂ ਪੰਜਾਬ ਅਤੇ ਹਰਿਆਣੇ ਨੇ ਆਪਸ 'ਚ, 60-40 ਦਾ ਅਨੁਪਾਤ ਕਰਤਾ ਕਿ 60% ਹਿੱਸਾ ਪੰਜਾਬ ਦਾ ਹੋਊਗਾ, 40 ਹਰਿਆਣੇ ਦਾ। ਪਰ ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਨੋਟੀਫਿਕੇਸ਼ਨ ਰਾਹੀਂ ਜ਼ਬਰਦਸਤੀ ਬਿਆਸ ਦੇ ਪਾਣੀਆਂ 'ਤੇ ਧੱਕੇ ਨਾਲ ਪੰਜਾਬ ਅਤੇ ਹਰਿਆਣੇ ਦਾ 50-50% ਕਰਤਾ ਜੀ। 10% ਤਾਂ ਉੱਥੇ ਹੀ ਮਾਰਿਆ ਗਿਆ ਜੀ ਵੀ 50-50 ਹੋਊਗਾ, ਅਤੇ ਕਾਂਗਰਸੀ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਵਿਰੋਧ ਕਰ ਹੀ ਨਹੀਂ ਸਕਦੇ ਸੀ ਜਦੋਂ ਉੱਪਰ ਕਾਂਗਰਸ ਹੈ। ਅਤੇ ਇਸ ਕਰਕੇ 16/11/76 ਨੂੰ ਜਿਹੜੇ ਤਤਕਾਲੀ ਮੁੱਖ ਮੰਤਰੀ ਸੀਗੇ ਉਹਨਾਂ ਨੇ ਹਰਿਆਣੇ ਤੋਂ 1 ਕਰੋੜ ਰੁਪਏ ਦਾ ਚੈੱਕ ਲੈ ਲਿਆ ਤਾਂ ਕਿ SYL ਦਾ ਨਿਰਮਾਣ ਸ਼ੁਰੂ ਹੋ ਸਕੇ। 16/11/1976 ਨੂੰ 1 ਕਰੋੜ ਰੁਪਇਆ ਅਸੈਪਟ ਕਰ ਲਿਆ ਗਿਆ ਪੰਜਾਬ ਸਰਕਾਰ ਵੱਲੋਂ। ਫਿਰ ਉਸ ਤੋਂ ਬਾਅਦ ਇਹ ਆ ਗਏ ਪ੍ਰਕਾਸ਼ ਸਿੰਘ ਜੀ ਬਾਦਲ, 1977 'ਚ ਸਰਕਾਰ ਬਣਾਈ, 20 ਜੂਨ 1977 ਤੋਂ 17 ਫਰਵਰੀ 1980 ਤੱਕ 3 ਸਾਲ ਲਗਭਗ ਰਾਜ ਕੀਤਾ ਜੀ। ਬਾਦਲ ਸਾਹਿਬ ਨੇ 1 ਵਾਰ ਵੀ ਹਰਿਆਣਾ ਨੂੰ ਪਾਣੀ ਦੇਣ ਵਾਲੀ ਜਿਹੜੀ ਨਹਿਰ ਦਾ ਕੰਮ ਰੋਕਿਆ ਨਹੀਂ, ਸਗੋਂ ਉਹਨਾਂ ਦਾ ਪੱਤਰ ਨੰਬਰ ਹੈ 29617 ਹੈ ਮੇਰੇ ਖਿਆਲ 'ਚ, ਉਹਦੇ ਰਾਹੀਂ 4/7/78 ਨੂੰ ਉਸਾਰੀ ਵਾਸਤੇ 3 ਕਰੋੜ ਰੁਪਏ ਹੋਰ ਮੰਗ ਲਏ ਵੀ 1 ਕਰੋੜ ਤਾਂ ਪਹੁੰਚ ਗਿਆ ਬਾਕੀ ਦਿਓ। ਇਹਦਾ ਮਤਲਬ ਉੱਧਰੋਂ ਵੀ ਮਨਜ਼ੂਰੀ ਹੈ ਕਿ ਅਸੀਂ ਬਣਾਵਾਂਗੇ ਨਹਿਰ। ਤਾਂ 31/3/1979 ਨੂੰ, ਕਿਉਂਕਿ 31 ਆਖਰੀ ਤਰੀਕ ਹੁੰਦੀ ਹੈ ਫਿਸਕਲ ਈਅਰ ਦੀ, ਆਰਥਿਕ ਬਰੇ ਦੀ, 31/3/1979 ਨੂੰ ਅਕਾਲੀ ਦਲ ਸਰਕਾਰ ਨੇ ਹਰਿਆਣੇ ਤੋਂ 1.5 ਕਰੋੜ ਰੁਪਏ ਦਾ ਚੈੱਕ ਨਹਿਰ ਬਣਾਉਣ ਵਾਸਤੇ ਫੇਰ ਲੈ ਲਿਆ ਜੀ। ਹੁਣ ਗੱਲ ਕਲੀਅਰ ਹੋ ਗਈ ਨਾ, ਕਰੋੜ ਉਹਨਾਂ ਨੇ ਮੰਗਿਆ, 1.5 ਕਰੋੜ ਇਹਨਾਂ ਨੇ ਮੰਗਿਆ। ਫਿਰ ਇਹ ਨਾਲ ਚੱਲਦਾ ਹੋਊਗਾ ਕਿਤੇ, ਨਹੀਂ ਨਹੀਂ ਉੱਥੇ ਚੱਲਦਾ ਨਾ, ਪਬਲਿਕ ਨੂੰ ਵੀ ਪਤਾ ਲੱਗੇ ਨਾ ਕੀ ਚੱਲ ਰਿਹਾ, ਚੱਲ ਰਿਹਾ ਨਾ। ਹਾਂ, ਫਿਰ ਕੀ ਹੋਇਆ, ਪ੍ਰਕਾਸ਼ ਸਿੰਘ ਬਾਦਲ ਨੇ SYL ਨਹਿਰ ਨੂੰ ਉਸਾਰੀ ਵਾਸਤੇ ਬਹੁਤ ਘੱਟ ਸਮੇਂ 'ਚ ਜ਼ਮੀਨ ਅਕੁਆਇਰ ਕਰਨ ਵਾਸਤੇ ਇੱਕ ਲੈਟਰ ਜਾਰੀ ਕੀਤਾ ਜੀ ਲੈਂਡ ਐਕੁਜੀਸ਼ਨ ਦਾ, ਜਿਹਦੇ ਵਿੱਚ ਐਮਰਜੈਂਸੀ ਕਲੋਜ਼ ਲਾਇਆ ਗਿਆ। ਰੇਅਰੈਸਟ ਆਫ ਰੇਅਰ ਕੇਸਾਂ 'ਚ ਲੱਗਦਾ ਇਹ ਕਿ ਬਹੁਤ ਜਲਦੀ ਹੈ ਜ਼ਮੀਨ ਅਕੁਆਇਰ ਕਰ ਲਓ। ਮੇਰੇ ਕੋਲ ਉਹ ਲੈਟਰ ਮੇਰੇ ਅਫਸਰਾਂ ਕੋਲ ਹੋਊਗਾ ਸ਼ਾਇਦ, ਕ੍ਰਿਸ਼ਨ ਜੀ ਜੋੜਾ ਸਾਹਿਬ ਫੜੇ, ਮੈਂ ਅੱਜ ਸਾਰਾ ਕੁਝ ਲਿਖਿਆ।
जमीन अक्वायर करन दा लैटर जारी करता तां उस तों बाद हरियाणा दे देव ने आ लैटर जी आ लैटर जी जिदे विच एमरजेंसी क्लॉज लाई हुई है लैंड अक्वायर करन वास्ते ते एदे लैटर तो बाद ही फिर देवी लाल जी ने मुख्यमंत्री तौर पर विधानसभा च स्टेटमेंट दिती जिहड़ी कि रिकॉर्ड ते है तुसी पढ़ोगे कि ड्यू टू माई परसनल रिलेशनस विद सरदार प्रकाश सिंह बादल पंजाब गवर्नमेंट हैज़ अक्वायर्ड द लैंड अंडर सैक्शन 4 एंड सैक्शन 17 एमरजेंसी क्लॉज फॉर SYL कनाल पंजाब गवर्नमेंट ट्राइंग इट्स बेस्ट फॉर दिस वर्क देवीलाल जी ने कहा है। राव बरिंदर सिंह का सवाल सी उस वेले अच्छा अंदर आ गल्लां चल रही ने अंदर एमरजेंसी क्लॉज ला के जमीन अक्वायर ते बाहर पंजाबीओ कुर्बानियां देने वास्ते तैयार रहो पानी नहीं जान देना अपन ने। वाह भाई वाह वाह भाई बाहर ये गल्लां चल रही हजे तो कुछ भी नहीं ये तो हजे शुरुआत हुई है अगे देखियो 1998 जदों प्रकाश सिंह बादल द्वारा मुख्यमंत्री बन गए 97 च बने सी तां उन्होंने दरियावां नूं होर ज़्यादा पानी देण दी मनशा नाल हरियाणा ने एक चिट्ठी लिखी हरियाणे दे मुख्यमंत्री ने पंजाब दे मुख्यमंत्री नूं कि जिहड़ी BML है BML कहिंदे आपां भाखड़ा मेन लाइन कि जिहड़ी भाखड़ा नहर है ना उस सिल्टिंग हो गई मिट्टी जम गई तो साडा हिस्सा घट आ रहा है भी एक तरीका इहनूं 1 फुट उच्चा चक दो किनारे तां बादल साहब ने 1998 दे विच भाखड़ा नहर नूं कितों 1.5 फुट कितों 1 फुट उच्चा चकता जी उहदे बदले 45 करोड़ रुपये हरियाणे तों लए चैक खजाने वास्ते पर एक होर चीज़ लई उहदे बदले 6 किलोमीटर नहर हरियाणे ने बनाई जिहड़ी कि बालासर फार्म जाती है इन्हां दे खेत ही खत्म हो जाती है उहदा नाम है बालासर कनाल। लिओ जी फोटो उहदी भी दिओ आ बालासर कनाल है जी ये 6 किलोमीटर हरियाणे ने बनाई है ये 18.10 क्यूसिक पानी जाता है 28,200 फिट यदि लेंथ है ये बादलों के खेत च खत्म हो जाती है चक बादल ये तां बनाई है क्योंकि भाखड़ा का 1 फुट 1.5 फुट उच्ची चक्की से इधरों बल्ले भाई बल्ले क्या कुर्बानियां दी हुई हैं अजे कुछ भी नहीं उन्हां दी नहर बना के अपनी फार्म नूं नहर कढ़ा ली नहर के बदले नहर ले ली उन्होंने आप इस तो इतों तो हुण पता लग ही गया कि वह कि हित उन्हां दे सीगे अगले आ जाने अगे आ जाने अगे 1981 दरबारा सिंह मुख्यमंत्री सी 1981 इंदिरा गांधी जी ने कहा प्रैशर पाया जेड़े प्रैशर बारे दरबारा सिंह दे बेटे ने टाइम्स ऑफ इंडिया च बयान भी दिता होया कि मेरे बाप ते बहुत ज़्यादा प्रैशर पै गया सी इस करके करना पिया कहिंदे विधानसभा च वाइट पेपर जारी करो SYL बारे वाइट पेपर जारी करो कि असीं बनावांगे ते पंजाबियों नूं इहदे फायदे दस दो कि तो बहुत ज़्यादा फायदे ने छेती करो विधानसभा बुलाई गई हुक्मां दी अदूली होई हुक्मां नूं मन्निया गया लिआओ जी वाइट पेपर बहुत बेचारा हुण तां येलो पेपर जिहा बन गया पुराना है ना ये तुहानूं मिल जूगा ये तुहानूं सारा दे के जावांगे इस वाइट पेपर च यदि हालत देख लो पहले तो कह जी हुई पई है ये दबिया होया सी ना बहुत थाम थले 18 तो
पैरा 18 तो पैरा 26 तक SYL दे बेनिफिट गिनाए हुए ने। ओ ते ओ कांग्रेसियां ने ये मैं थोनू बाद देके जाऊंगा। तो पंजाबी भी है अपने कोले, पंजाबी भी कराई हुई है। ये की लिखते ने कहिंदे इन्ना फायदा होना SYL बनन दा, पंजाबियों का हिसाब ही नहीं लगना कहिंदे किन्ना फायदा होना। तो अज की कहिंदे है एक एक बूंद रोकांगे असी नहीं जान देने। हद है यार, वाइट पेपर विधान की नाम है रावी ब्यास एग्रीमेंट 1981 वाइट पेपर। ये तो हो गया रावी ब्यास एग्रीमेंट हो गया 81 च। उस तो बाद समझौता कर लिया भी रावी ते ब्यास दा पानी किवें देना है। उहदे च हरियाणा दा हिस्सा कर लिया, राजस्थान दा हिस्सा कर लिया, दिल्ली दा भी 0.2 कर लिया, ते राजस्थान दा 8.60 MAF। पानी ना मिलियन एकड़ फीट दे विच मिणिया जांदा है MAF। सो SYL दा जिक्र नहीं कीता, वाइट पेपर लिया के कहता भी तो बहुत फायदा हो जूगा। अगे चलते हैं, अगे की है आ देखो 8 अप्रैल 1982 ये मैं पार्लीमेंट भी दिखाया सी, इनविटेशन लैटर है। MP कौन ने पटियाले तो कैप्टन अमरिंदर सिंह। फोटो इधरले पासे की दी लाई है इंदिरा गांधी दी। 8 अप्रैल 1982 नू इनविटेशन है कि कपूरी पहुँचो जी पटियाला जिले च, जिथे चांदी दी कही लैके कैप्टन साहब गए सी टक लवाउण, ते इंदिरा गांधी कपूरी आई सी। इंदिरा गांधी कल्ली नहीं आई सी, नाल जहाज दे विच बलराम जाखड़ जी भी आए सी, श्री सुनील जाखड़ दे पिता जी। शायद एक कारण यह भी होगा कि अज नहीं आए ये। आ इनविटेशन लैटर है जी, टक्कल वाले चांदी दियां कईयां नाल, किसी ने नहर ले ली, किसी ने एक फुट तह चकता पानी का लैवल, तो आपस च किसी नूं पुछदे नहीं सीगे। तो फिर उस तो बाद की होया अगे चलदे, क्योंकि मैं ये नहीं हो सकता हुण। देखो ये कहिंदे ने कि जी देखो पुरानियां गल्लां नहीं छेड़नियां चाहीदियां सानू, जे असी गलतियां कीतियां सी तो सानू लोगों ने फिर सज़ा देती, सानू 2022 हराता दोनों पार्टियां, इस करके पुरानियां गल्लां छड्डो। हुण भगवंत मान जवाब देवे, मैनूं ये दसो जी, पढ़े लिखे लोग बैठे, जे किसी बंदे ने बैंक लुट ली, 80 लाख रुपये का डाका मार लिया बैंक च, ते नाले जांदा जांदा फायरिंग कर गया, 2 सिक्योरिटी गार्ड भी मर गए, चलो जी 2-3 साल बाद उही बंदा वोटां च खड़ा हो गया, विरोधी पार्टियां ने उहदे विरुद्ध प्रचार किया भी तो उही है जिन्हें बैंक लुट्टी सी, नाले 2 बंदे मारे सी, इहनू वोटां ना पायो, इह तां लुटेरा है, तां डाकू है। लोग कहिंदे हाँ यार उही है, लोगों ने उह हराता, तो यदा मतलब बंदा कहे ओके मैंने तो सज़ा मिल गई, हूँ मैं माफ जी, वो डाका भी माफ, कतल भी माफ है, भी मैंने तो सज़ा मिल गई, लोगों ने हराता, ये किड़ा फतवा ले लिया जी। नहीं जे तुसी इलेक्शन च हार गए यदा मतलब थोड़े सारे गुनाह माफ, आ 81 दे एग्रीमेंटा का की करिए असी फिर, ये थोड़ी है कि जी हार गए हूँ भुल जाओ, जो स्यापे तो इन्ना नहीं पाए हुए ने सारे, यही तो हारे ने मूहरे उत्थे हुण सुप्रीम कोर्ट च। अगे चलते हैं जी, राष्ट्रपति राज सीगा पंजाब च, राजीव लौंगोवाल समझौते तो बाद बादल साहब जेल च सीगे, उदों भी चिट्ठियां लिखते रहे ने इंडिया गवर्नमेंट नूं कि छेती छेती बना लोगा SYL, मौका है हुण, क्योंकि जेल च फैसिलिटियां वगैरह लैनिया होंदियां ने। सो पाणियां दे मुद्दे नूं कदे भी सरकारां ने उठाया नहीं, आपस दे विच इकट्ठे रहे। उस तो अगे चलते हैं, राष्ट्रपति राज खत्म हो गया, अपने बाकी जिहड़ा डिटेल दे विच बहुत सारे पॉइंट ने वो असी आ छापिया, यह पंजाबी ते अंग्रेजी च है, जाते हुए बाहर स्टॉल तो लै जाओ फ्री मिलेगा, ये सारे कच्चे चिट्ठे ने इन्हां दे। उस तो बाद सुरजीत सिंह बरनाला बन गए जी, 85 तो 87 तक
ਬਰਨਾਲਾ ਸਾਹਿਬ ਨੇ ਵੀ ਫਿਰ ਚਿੱਠੀ ਲਿਖੀ ਕਹਿੰਦਾ ਯਕੀਨੀ ਮੈਂ ਬਣਾਉਣਾ ਕਿ ਇਹ ਕਰ ਦਿਆਂਗੇ ਆਪਾਂ ਨਹਿਰ ਦਾ ਕੰਮ ਪੂਰਾ ਕਰ ਦਿਆਂਗੇ। ਇਸ ਕਰਕੇ ਮਤਲਬ ਅਕਾਲੀ ਦਲ ਵੱਲੋਂ ਕਦੇ ਵੀ ਇਸ ਨਹਿਰ ਦਾ ਵਿਰੋਧ ਨਹੀਂ ਕੀਤਾ ਗਿਆ, ਕਾਗਜ਼ਾਂ 'ਚ ਤਾਂ ਬਿਲਕੁਲ ਹੀ ਨਹੀਂ ਕੀਤਾ ਗਿਆ। ਬਾਹਰ ਭਾਵੇਂ ਜੋ ਮਰਜ਼ੀ ਕਹੀ ਜਾਣ, ਆ ਜੋ ਆਪਾਂ ਚੱਲੀਏ ਇਹਨੂੰ ਪੂਰਨ, ਚੱਲੀਏ ਇਹਨੂੰ ਆਹ ਕਰ ਲਾਂਗੇ, ਆ ਜ਼ਮੀਨ ਮੋੜ ਦਿੰਦੇ ਹਾਂ, ਆਹ ਕਰ ਦਿੰਦੇ, ਬਾਅਦ 'ਚ ਜੋ ਮਰਜ਼ੀ ਕਰੀ ਜਾਣ। ਨੈਕਸਟ, ਉਸ ਤੋਂ ਬਾਅਦ ਜੇ 2002 ਤੋਂ ਪਹਿਲਾਂ ਇਹ ਸਮਝੌਤੇ ਖਤਮ ਕਰ ਦਿੰਦੇ ਨਾ ਤਾਂ ਅੱਜ ਵਾਲਾ ਸਿਆਪਾ ਨਹੀਂ ਪੈਣਾ ਸੀ, ਕਿਉਂਕਿ ਅੱਜ ਵਾਲਾ ਸਿਆਪਾ ਸ਼ੁਰੂ ਹੋਇਆ 2004 ਤੋਂ। 2002 ਤੋਂ ਪਹਿਲਾਂ ਜੇ ਕਿਤੇ ਸਾਰੇ ਐਗਰੀਮੈਂਟ ਟਰਮੀਨੇਟ ਕਰ ਦਿੰਦੇ ਤਾਂ ਸਾਰਾ ਕੁਝ ਠੀਕ ਹੋ ਜਾਣਾ ਸੀ, ਪਰ ਨਹੀਂ ਕੀਤੇ। ਫਿਰ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਦਾ, 3 ਵਾਰੀ ਇਹੋ ਜਿਹੇ ਮੌਕੇ ਆਏ ਜਦੋਂ SYL ਦਾ ਹੱਲ ਆਸਾਨੀ ਨਾਲ ਨਿਕਲ ਸਕਦਾ ਸੀ, ਕਿਉਂਕਿ 3 ਜਗ੍ਹਾ 'ਤੇ ਇੱਕੋ ਪਾਰਟੀ ਦੀ ਸਰਕਾਰ ਸੀ, ਸੈਂਟਰ, ਹਰਿਆਣਾ ਅਤੇ ਪੰਜਾਬ। ਪਹਿਲਾ ਚਾਂਸ ਆਇਆ ਇੰਦਰਾ ਗਾਂਧੀ, ਭਜਨ ਲਾਲ, ਦਰਬਾਰਾ ਸਿੰਘ। ਦੂਜਾ ਚਾਂਸ ਆਇਆ ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ, ਹੁੱਡਾ, ਕੈਪਟਨ, ਇੱਕੋ ਪਾਰਟੀ। ਤੀਜਾ ਚਾਂਸ ਆਇਆ 14 'ਚ ਨਰਿੰਦਰ ਮੋਦੀ, ਖੱਟਰ, 15 'ਚ ਖੱਟਰ ਬਣ ਗਿਆ ਸੀ, 15 ਤੋਂ 17 ਤੱਕ ਰਿਹਾ, ਆਪਾਂ ਅਕਾਲੀ ਦਲ ਵੀ ਰਿਹਾ, ਸੁਨਰਿੰਦਰ ਮੋਦੀ, ਖੱਟਰ ਅਤੇ ਪ੍ਰਕਾਸ਼ ਸਿੰਘ ਬਾਦਲ। 3 ਜਗ੍ਹਾ 'ਤੇ ਇੱਕੋ ਪਾਰਟੀ ਸਰਕਾਰ ਸੀ। ਜੇ ਕਿਤੇ ਇੰਨੇ ਹੀ ਦਿਲੋਂ ਚਾਹੁੰਦੇ ਹੁੰਦੇ ਨਾ ਇਹ 3 ਪਾਰਟੀਆਂ ਬਹਿ ਕੇ ਗੱਲ ਕਰ ਲੈਂਦੀਆਂ, ਕਿਸੇ ਨੇ ਕੋਈ ਵਿਰੋਧ ਨਹੀਂ ਕਰਨਾ ਸੀ, ਇਹ ਮਸਲਾ ਉੱਥੇ ਹੱਲ ਹੋ ਸਕਦਾ ਸੀ, ਪਰ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ, ਇਹਨਾਂ ਨੇ ਇਹਨੂੰ ਲਟਕਾ ਕੇ ਰੱਖਿਆ। ਸੋ 2004 ਦਾ ਜਿਹੜਾ ਐਕਟ ਹੈ ਉਹਦੇ 'ਚ ਐਕਟ ਲਿਆਂਦਾ ਜੀ, ਪਾਣੀਆਂ ਦਾ ਰਾਖਾ ਜਦੋਂ ਕਹਿਣ ਲੱਗ ਗਈ ਸੀ ਨਾ ਕੈਪਟਨ ਸਾਹਿਬ ਨੂੰ, ਐਕਟ ਲਿਆਂਦਾ ਵਿਧਾਨ ਸਭਾ 'ਚ ਕਿ ਅਸੀਂ ਸਾਰਾ ਵਾਟਰ ਜਿਹੜਾ ਸਾਡਾ ਰੈਗੂਲੇਸ਼ਨ, ਜਿਹੜਾ ਵਾਟਰ ਐਕਟ ਹੈ ਸਾਡਾ, ਉਹਨੂੰ ਅਸੀਂ ਟਰਮੀਨੇਟ ਕਰਦੇ ਹਾਂ। ਵਿਧਾਨ ਸਭਾ 'ਚੋਂ ਪਾਸ ਕਰਾ ਕੇ ਬੱਲੇ ਬੱਲੇ ਪਾਣੀਆਂ ਦਾ ਰਾਖਾ, ਉਹਦੇ ਲਾਗੇ ਪੋਸਟਰ ਸਾਰੇ ਚਾਂਦੀ ਦੀ ਕਹੀ ਆ ਨਾ, ਪਾਣੀਆਂ ਦਾ ਰਾਖਾ ਬਣ ਗਿਆ। ਹਰਿਆਣੇ 'ਚ ਇਲੈਕਸ਼ਨ ਅਸੀਂ 1.5-2 ਮਹੀਨਿਆਂ ਬਾਅਦ, ਪਹਿਲੀ ਗੱਲ ਤਾਂ ਤਾਹਾਂ ਤੋਂ ਗਾਣਾ ਪਈਆਂ ਵੀ ਆਹ ਕੀ ਕਰ ਲਿਆ, ਉਹ ਕਹਿੰਦੇ ਮੈਂ ਤਾਂ ਜੀ ਪੰਜਾਬ 'ਚ, ਫਿਰ ਮੈਂ ਤਾਂ ਇਹੀ ਕਰੂੰ, ਮੈਂ ਤਾਂ, ਮੈਨੂੰ ਪੰਜਾਬ 'ਚ ਲੋਕ ਵੜਨ ਨਹੀਂ ਦਿੰਦੇ ਪਿੰਡਾਂ 'ਚ। ਉਹਨਾਂ ਨੇ ਕੀ ਕੀਤਾ, ਆਪਦੀ ਸਰਕਾਰ ਦਾ ਐਕਟ ਹੀ ਮਨਮੋਹਨ ਸਿੰਘ ਸਰਕਾਰ ਨੇ ਸੈਂਟਰ ਰਾਸ਼ਟਰਪਤੀ ਕੋਲ ਭੇਜਤਾ। ਜੇ ਕਿਤੇ ਨਾ ਭੇਜਦੇ ਅੱਜ ਵਾਲਾ ਸਿਆਪਾ ਨਹੀਂ ਪੈਣਾ ਸੀ, ਆਪਦੀ ਸਰਕਾਰ ਦਾ ਪਾਸ ਕੀਤਾ ਹੋਇਆ ਐਕਟ ਰਾਸ਼ਟਰਪਤੀ ਕੋਲ ਭੇਜਤਾ ਸਲਾਹ ਲੈਣ ਲਈ, ਰਾਸ਼ਟਰਪਤੀ ਨੇ ਸਲਾਹ ਲੈਣ ਵਾਸਤੇ ਸੁਪਰੀਮ ਕੋਰਟ 'ਚ ਭੇਜਤਾ। ਸੁਪਰੀਮ ਕੋਰਟ ਨੂੰ ਜੀ 18 ਸਾਲ ਲੱਗ ਗਏ ਇਹ ਸਲਾਹ ਦੇਣ ਨੂੰ, ਕਹਿੰਦੇ ਬਹਿ ਕੇ ਗੱਲ ਕਰ ਲਓ ਦੋਨੇ ਸੂਬੇ, ਫਿਰ ਬਹਿਣ ਲੱਗ ਗਏ ਜੀ, ਫਿਰ ਉਸੇ ਸਿਰਤੇ 'ਚ ਬਹਿਣੇ ਹੋਣਾ, ਕਦੇ ਖੱਟਰ ਮੈਨੂੰ ਬੁਲਾ ਲੈਂਦਾ, ਕਦੇ ਮੈਂ ਖੱਟਰ ਨੂੰ ਬੁਲਾ ਲੈਣਾ। ਚਲੋ ਹੁਣ ਉਹ ਤੋਂ ਬਾਅਦ ਕੀ ਹੋਇਆ, 2002, 2004, 2016 3 ਫੈਸਲੇ ਹੋਏ ਨੇ, ਕਿਸੇ ਫੈਸਲੇ ਦਾ ਇਹਨਾਂ ਨੇ ਵਿਰੋਧ ਨਹੀਂ ਕੀਤਾ ਅਕਾਲੀ ਦਲ ਨੇ, ਕਾਂਗਰਸ ਨੇ। ਸੋ ਇਹ ਸੁਪਰੀਮ ਕੋਰਟ ਵਾਲੇ ਪਾਸ ਤਾਂ ਜਾਂਦੇ ਹੀ ਨਹੀਂ ਇਹ, ਕਿਉਂਕਿ ਉੱਥੇ ਇਹਨਾਂ ਨੇ ਲਿਖ ਕੇ ਦਿੱਤੇ ਹੋਏ ਨੇ ਸਾਰੇ ਸਮਾਨ, ਅੱਗੇ ਆ ਜਾਓ। ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ 3 ਵਾਰੀ ਸੁਪਰੀਮ ਕੋਰਟ ਜਾਣਾ ਪਿਆ, 6-9-22, ਫਿਰ 23-23-23, ਅਤੇ ਫਿਰ 4-10-23 ਆ ਹੋਣੀ। ਅਸੀਂ ਕੋਈ ਹਲਫਨਾਮਾ ਨਹੀਂ ਦਾਇਰ ਕੀਤਾ, ਔਰ ਗਜਿੰਦਰ ਸਿੰਘ ਸ਼ੇਖਾਵਤ ਭਾਰਤ ਦੇ ਜਲ ਸ਼ਕਤੀ ਮੰਤਰੀ ਨੇ, ਪਾਣੀਆਂ ਬਾਰੇ ਮੇਰੀ ਮੀਟਿੰਗ ਹੋਈ CM ਖੱਟਰ ਸਾਹਿਬ, ਉਹਨਾਂ ਦੇ ਅਫਸਰ, ਪੰਜਾਬ ਸਰਕਾਰ ਵੱਲੋਂ ਮੈਂ ਗਿਆ ਸੀ, ਸਾਡੇ ਅਫਸਰ, ਕਿਉਂਕਿ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਉਹ 'ਚ ਇਹ ਲਿਖਿਆ ਹੋਇਆ ਹੈ ਜਾਂ ਤਾਂ ਫੈਸਲਾ ਆਪਸ ਕਰ ਲਓ, ਨਹੀਂ ਕੋਈ ਅਲਟਰਨੇਟਿਵ ਦੱਸੋ। ਮੈਂ ਕਿਹਾ ਜੀ ਸਾਡੇ ਕੋਲ ਪਾਣੀ ਹੈ ਨਹੀਂ, ਜੋ ਚੀਜ਼ ਸਾਡੇ ਕੋਲ ਹੈ ਹੀ ਨਹੀਂ, ਦੇ ਕਿਵੇਂ ਦਈਏ। ਉਹ ਕਹਿੰਦੇ ਜੀ ਅਲਟਰਨੇਟਿਵ ਦੱਸੋ, ਫਿਰ ਅਲਟਰਨੇਟਿਵ ਦੱਸੋ। ਮੈਂ ਅਲਟਰਨੇਟਿਵ ਲੈ ਕੇ ਗਿਆ ਸੀ, ਇਹ ਉਹੀ ਦੱਸ ਸਕਦਾ ਅਲਟਰਨੇਟਿਵ ਜਿਹਨੇ ਖੇਤਾਂ 'ਚ ਨੱਕੇ ਮੋੜੇ ਹੋਣ, ਜਿਹਨੇ ਖਾਲ ਦੀ ਰਾਖੀ ਕੀਤੀ ਹੋਵੇ, ਜਿਹਨੂੰ ਪਾਣੀ ਦੀ ਬੂੰਦ ਬੂੰਦ ਦਾ ਪਤਾ ਹੋਵੇ, ਜਿਹਦਾ ਖਾਲ ਮਰਨ ਨਾਲ ਕੰਨੀ ਵਾਲਾ ਕਿਆਰਾ ਸੁੱਕਾ ਰਹਿ ਜੇ, ਪਾਣੀ ਦਾ ਉਹੀ ਦੱਸ ਸਕਦਾ ਮੁੱਲ।
मैं कहा जी इहनूं एस इहदा इहदा हल इहदे नां च ही है। कहिंदे की? मैं कहा एस वाई एल की जगह पर इहनूं वाई एस एल कर दो। कहिंदे ये क्या होता है? मैं कहा जी यमुना सतलुज लिंक करो, सतलुज यमुना ना करो। सतलुज कित्थे पानी? आ सतलुज के किनारे बैठे हैं आपां, किसे पासे सतलुज दरिया लगता है, एक नाला बन गया उहदा छोटा जिहा। मैं कहा यमुना यूपी बंगाल बंगलादेश तक डोब दिंदी है जी, इन्ना हड़ आउंदा है। मैं कहा यमुना तो कढ़ो बाया करनाल, जिन्ना मर्जी पानी हरियाणे नूं दिंदे होए जिहड़ा बच गया साढ़े सतलुज पा दिओ। एस वाई एल की बजाय वाई एस एल कर दो। यमुना शारदा बना रहे हो तो यमुना करनाल क्यों नहीं हो सकती? अजकल तो कोई ग्रैविटी का भी चक्कर नहीं, चंद ते नहरां कढ़न नूं फिरदे आ, कोई इदां दा भी चक्कर नहीं भी ग्रैविटी इधर नहीं जाती, नहर इधर नहीं जाती, अजकल तो सारा कुछ है। फिर मैं दस्या वाई एस एल। सो मेरे को हल अज भी यही है, मैं वाई एस एल ते खड़ा, यमुना चो पानी लवे हरियाणा। और हरियाणा की है, जिस वेले नहीं बने सी, अज 1 नवंबर है, जिस वेले पंजाब ते हरियाणा इकट्ठे सी, कहिंदे पंजाब ही सी, उस वेले पंजाब यमुना दा रिपेरियन सी, क्योंकि यमुना पंजाब दे नाल लगदी सी, यमुना चो पंजाब दा हिस्सा बनदा सी। जदों अलग हो गए कहिंदे यमुना कल्ले हरियाणे दी रह गई बस, ते इधरों सतलुज ते रावी चो साडा हिस्सा मंगदे ने। किसे पासे कोई कोना लगदा नाल उहनां दे? कहिंदे ना इधरों ही दिओ। एक होर गल होई फिर इस बार, क्योंकि मैं बहुत कीनली सबजैक्ट ते काम करदा, जे मैनू कोई जिम्मेवारी ते बिठाया लोगों ने, यह नहीं है कि मैं उत्थे चलो जी मुख्यमंत्री बन गए हुण वेले आ। मैं कहना चलो जी लोगों ने जिम्मेवारी देते हैं, लोग वेले ने, हुण आपां काम करना है। जदों ये कहिंदे भी सतलुज तो पानी लैणा सी, मैं कहा भी है ही नहीं, यमुना तो क्यों नहीं लेंदे? क्योंकि उस वेले यमुना नाल पेरियन सीज करके कहिंदे भी उधरों तो असीं लै लांगे, लै भी लिया उन्होंने पानी हरियाणे ने यमुना च, थोड़ा बहुत 3.1 MAF लै लिया उन्होंने। पर साढ़े कोल होर बहुत सारे चैनल ने जिन्हां राहीं हरियाणे नूं पानी जांदा, जिवें मतलब एक जगह ऐसी है जिथे पंजाब का पानी पहला हरियाणे नूं जांदा। हरियाणे नूं कहा होया है कि तू सरदूलगढ़ ते मानसा के पिंडां नूं देना है, क्योंकि बिच हरियाणा आ जाता है, उन्होंने समझौता है 400 क्यूसिक, कदे नहीं मंगया किसी ने, वो अं आप ही ले जाते। इस बार असं उन्होंने कहा कि साडा जिहड़ा तुहाडे विच दी लंघदा है साडा, वो तो तुसीं दिंदे क्यों नहीं? मानसा ते सरदूलगढ़ के पिंडां नूं ऐतकी पानी मिलिया जनाब, इहदे बारे किसी ने सोचा ही नहीं। सो फिर की किया असी, एक ऐतकी बहुत जदों हड़ आए ना, बहुत हड़ आए पंजाब च, मैं अपने सैकटरी इरीगेशन कृष्ण कुमार जी ने कहा कि जी राजस्थान ना गल करो, जिन्ना उन्होंने पानी बनता उन्होंने दे दो। राजस्थान ने गल की पानी छड़न लगे, हाँ थोड़ा 18,000 क्यूसिक तो यू ही लेने सरहंद फीडर चो, सो थोड़े हिस्से का पानी देन लगे। वो कहते ना ना जी सानू नहीं चाहिए। असी कहा जी साढ़े को पानी हैगा उपरों आ गया साढ़े को, तुम पानी लो। कहते ना असी तो लेना नहीं। मैं फिर कृष्ण कुमार जी ने कहा कि लिखती लो उन्हों तो कि चाहिए। फिर हरियाणे नूं कहा, हरियाणे नूं कहा कि तुसी अब तुहाडे हिस्से का, एक मिनट आयो जी, भी तुहाडे हिस्से का पानी तुसी लै लो अज। कहिंदे ना जी सानू भी नहीं चाहिए, असीं कहा लिखती दे दो। आह दो लैटर ने, एक हरियाणा सरकार वालों, एक राजस्थान सरकार वालों, जिदे विच हरियाणा सरकार कह, राजस्थान सरकार कह रही है 18,000 तो उपर है। कहते सू 2,000 क्यूसिक चाहिए, अस के लिख के दे दो, लै लिया। वो कहते सू 6,000 चाहिए, अस के लिख के दे दो, लै लिया। आ उन्हों चिट्ठिया ने हूँ सुप्रीम कोर्ट च देवे कि जनाब असी डुबण वास्ते रखे हुए हैं यार, जो साढ़े को पानी आ गया तुम आप जवाब दे दें, साढ़े को पानी आ गया
ਤੁਸੀਂ ਜਵਾਬ ਦੇ ਦਿੰਦੇ ਹੋ ਸਾਨੂੰ ਤਾਂ ਹੁਣ ਇੰਨਾ ਹੀ ਚਾਹੀਦਾ, ਜਦੋਂ ਸਾਨੂੰ ਪਾਣੀ ਚਾਹੀਦਾ ਹੁੰਦਾ ਉਦੋਂ ਦੁੱਧ ਵਾਲੇ ਦੋਜੀ ਵਾਂਗੂ ਐਂ ਮੀਟਰ ਲਾ ਕੇ ਬਹਿ ਜਾਂਦੇ ਵੀ ਇੰਨਾ ਆ ਰਿਹਾ ਜਾਂ ਇੰਨਾ ਨਹੀਂ ਆ ਰਿਹਾ। ਐਮ ਆਈ ਰਾਈਟ? ਸਹੀ ਕਿਹਾ ਨਾ? ਆਹ ਪਈਆਂ ਨੇ ਚਿੱਠੀਆਂ, ਹੁਣ ਅਗਲੀ ਮੀਟਿੰਗ 'ਚ ਫੜਾਊਂਗਾ ਇਹ ਖੱਟਰ ਹੋਰਾਂ ਨੂੰ। ਵਿਆਹ ਲਓ ਜੀ, ਤੁਸੀਂ ਤਾਂ 2000 ਮੰਗਿਆ, ਜਦੋਂ ਅਸੀਂ ਸਾਡੇ ਕੋਲ ਪਾਣੀ ਹੈ ਅਸੀਂ ਫਿਰ ਡੁੱਬਣ ਵਾਸਤੇ ਰੱਖੇ ਹੋਏ ਹਾਂ। ਇਹੀ ਗੱਲ ਮੈਂ ਹਿਮਾਚਲ ਨੂੰ ਕਹੀ, ਉਹ ਕਹਿੰਦੇ ਉਹ ਆਪਦਾ ਕੱਢੀ ਫਿਰਦੇ ਕੋਈ, ਕਹਿੰਦੇ 7.19 ਸਾਡਾ ਵੀ ਹਿੱਸਾ ਬਣਦਾ। ਮੈਂ ਉਹਨੂੰ ਫੋਨ ਕੀਤਾ, ਕਾਂਗਰਸ ਦਾ ਹੀ ਉਹ ਵੀ ਮੁੱਖ ਮੰਤਰੀ, ਮੈਂ ਕਿਹਾ ਆਪਦਾ ਰੋਕ ਲਓ ਹੁਣ, ਹਾਂ ਤੁਸੀਂ 7.19 ਰੋਕ ਲਓ ਆਪਣਾ। ਹੱਦ ਹੈ ਯਾਰ, ਮਰਨ ਵਾਸਤੇ ਚਾਰੇ ਪਾਸਿਓਂ ਅਸੀਂ ਰੱਖੇ ਹੋਏ ਹਾਂ, ਜਿਹੜਾ ਆਉਂਦਾ ਪੰਜਾਬ ਨੂੰ ਪੈ ਨਿਕਲਦਾ ਯਾਰ। ਪਾਣੀ ਸਾਡਾ ਧਰਤੀ ਵਾਲਾ ਸਾਡਾ 500 ਫੁੱਟ ਦੇ ਨੇੜੇ ਲਾ ਲਿਆ ਸੀ, ਹੁਣ ਕੀ ਕਰਾਂਗੇ? ਇਹ ਤਾਂ ਚਲੋ ਹੁਣ ਇਹਨਾਂ ਦਾ ਜਵਾਬ ਤਾਂ ਉਹ ਦੇਣਗੇ ਆਪੇ, ਉਹ ਤਾਂ ਲੋਕ ਪੁੱਛਣਗੇ ਇਹਨਾਂ ਨੂੰ ਜਦੋਂ ਪਿੰਡਾਂ 'ਚ ਜਾਣਗੇ, ਲੋਕ ਉਹਨਾਂ ਨੂੰ ਪੁੱਛਣਗੇ ਵੀ ਉੱਥੇ ਕਿਉਂ ਨਹੀਂ ਗਏ, ਤਾਂਹੀਓ ਨਹੀਂ ਆਏ ਨਾ। ਦੇਖੋ ਛੋਟੀ ਜੀ, ਹਜੇ ਮੈਂ ਤਾਂ ਟ੍ਰੇਲਰ ਦਿਖਾਇਆ, ਇਸੇ ਕਰਕੇ ਨਹੀਂ ਆਏ। ਹਾਂਜੀ, ਨਹੀਂ ਭਗੌੜੇ ਨਹੀਂ ਹੋਏ ਹਜੇ, ਆਉਣਗੇ ਵੋਟਾਂ ਵੇਲੇ ਉਦੋਂ ਹੋਣਗੇ। ਫਿਰ ਕੋਈ ਗੱਲ ਹੈ ਯਾਰ, ਕੋਈ ਆ ਜਾਓ ਯਾਰ, ਮੇਰੇ ਨਾਲ ਗੱਲ ਕਰ ਲਓ। ਮੈਨੂੰ ਸਵਾਲ ਬਾਹਰ ਪੁੱਛੇ ਜਾਂਦੇ ਨੇ, 5 ਸਵਾਲਾਂ ਦੇ ਜਵਾਬ ਦੇਵੇ ਭਗਵੰਤ ਮਾਨ, ਤਾਂ ਮੈਂ ਜਾਊਂਗਾ, ਉਹ ਸਵਾਲ ਇੱਥੇ ਕਰ ਲੈਂਦਾ। ਟੈਗੋਰ ਥੀਏਟਰ 'ਚ ਕਿਉਂ ਰੱਖ ਲਿਆ, PAU 'ਚ ਕਿਉਂ ਰੱਖ ਲਿਆ, ਹੁਣ ਕਹਿੰਦਾ ਖੁੱਲ੍ਹੀ ਛੱਤ ਥੱਲੇ ਲੈ, ਵੀ ਇਹਨਾਂ ਗੱਲਾਂ ਦੇ ਜਵਾਬ ਦੇ ਦੋਗੇ ਆ ਜਿਹੜੇ ਪਏ ਨੇ? ਮੈਨੂੰ ਤਾਂ ਲੱਗਦਾ ਇੱਕ ਇਹਨੂੰ ਤਾਂ ਯਾਦ ਵੀ ਨਹੀਂ ਹੋਣਾ ਵੀ ਕੀ ਹੋ ਗਿਆ। ਕਿਉਂਕਿ ਇਹ ਤਾਂ ਕੱਲ੍ਹ ਵਾਲਾ ਬਿਆਨ ਵੀ ਭੁੱਲ ਜਾਂਦਾ ਵੀ ਕੱਲ੍ਹ ਕੀ ਕਿਹਾ ਸੀ। ਬਹੁਤ ਦੁੱਖ ਦੀ ਗੱਲ ਹੈ, ਬਹੁਤ ਦੁੱਖ ਦੀ। ਕਿਵੇਂ ਲੁੱਟਿਆ ਯਾਰ ਪੰਜਾਬ, ਕਿਵੇਂ ਆਪਦੇ ਖੇਤਾਂ ਨੂੰ ਨਹਿਰਾਂ ਕਢਾ ਲਈਆਂ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਜੀ ਮੀਡੀਆ ਗਰੁੱਪ।